ਇਸੇ ਪੱਖੋਂ ਈਕੋ ਸਿੱਖ ਨੇ ਈਕੋ ਅੰਮ੍ਰਿਤਸਰ ਨੇ ਯਤਨ ਕੀਤਾ ਕਿ ਨੌਜਵਾਨਾਂ ਨੂੰ ਲੈ ਕੇ ਔਰ ਸਾਰਿਆਂ ਨੂੰ ਪ੍ਰੇਰਿਆ ਜਾਏ ਔਰ ਕਿਹਾ ਜਾਏ ਕਿ ਜਿੱਥੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹਦੇ ਅੱਗੇ ਸਾਰਾ ਆਪਣਾ ਸਾਫ ਸਫਾਈ ਰੱਖਦੇ ਹਾਂ, ਅਸੀਂ ਪਾਣੀ ਵਰਤਾਉਂਦੇ ਹਾਂ, ਅਸੀਂ ਆਪਣਾ ਫੁੱਲਾਂ ਵਰਸਾਉਂਦੇ ਹਾਂ, ਉੱਥੇ ਯਾਤਰਾ ਜਦੋਂ ਲੰਘ ਜਾਂਦੀ ਹੈ ਪਿੱਛੇ ਵੀ ਸਾਨੂੰ ਦੇਖ ਕੇ ਰੱਖਣਾ ਚਾਹੀਦਾ ਕਿ ਅਸੀਂ ਗੰਦਗੀ ਨਾ ਛੱਡ ਕੇ ਜਾਈਏ। ਸਗਲੀ ਚਿੰਤ ਮਿਟਾਈ।